ਹਾਂਜੀ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਚੰਗਾ ਅਪਡੇਟ ਇੱਕ ਆਇਆ ਜੀ ਅਧਿਆਪਕ ਭਰਤੀ ਦੇ ਨਾਲ ਸੰਬੰਧਿਤ, ਅਤੇ ਸਾਰਿਆਂ ਦੇ ਧਿਆਨ ਦੇ ਵਿੱਚ ਹੀ ਹੋਵੇਗਾ ਜਿਵੇਂ ਕਿ ਸਿੱਖਿਆ ਵਿਭਾਗ ਵੱਲੋਂ ਜਿਹੜੀ ਚੱਲ ਰਹੀ ਸੀ ਅਧਿਆਪਕ ਭਰਤੀ ਕਾਫੀ ਸਮੇਂ ਤੋਂ ਲਟਕ ਰਹੀ ਸੀਗੀ। 2020 ਦੀ ਭਰਤੀ ਜੀ ETT 2364, ਅਤੇ ਤੁਸੀਂ ਉਹਨਾਂ ਦੀ ਓਫੀਸ਼ਲੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ ਜਿਹੜੀ ਉਹਨਾਂ ਵੱਲੋਂ ਜੀ ਪਾ ਦਿੱਤੀ ਗਈ ਹੈ ਲਿਸਟ, ਪ੍ਰੋਵੀਜ਼ਨਲ ਮੈਰਿਟ ਲਿਸਟ ਪਾਈ ਗਈ ਹੈ ਜੀ ਜਿਹੜੇ ਵੀ ETT 2364 ਦੇ ਜਿਹੜੇ ਕੈਂਡੀਡੇਟ ਨੇ, ਅਤੇ ਉੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਜੀ। ਅਤੇ ਉਹਦੇ ਵਿੱਚ ਜਿਹੜੇ ਵੀ ਤੁਹਾਡੀ ਜਾਣਕਾਰ ਨੇ ਜਿਨ੍ਹਾਂ ਨੇ ਵੀ ETT 2364 ਦਾ ਪੇਪਰ ਦਿੱਤਾ ਸੀਗਾ, ਅਤੇ ਸਾਰਿਆਂ ਤੱਕ ਇਹ ਜਾਣਕਾਰੀ ਸਾਂਝੀ ਕਰਨੀ ਹੈ ਜੀ। ਅਤੇ ਤੁਸੀਂ ਜਿਵੇਂ ਹੀ ਉਹਦੇ ਵਿੱਚ ਡਾਊਨਲੋਡ ਕਰਦੇ ਹੋ ਪ੍ਰੋਵੀਜ਼ਨਲ ਮੈਰਿਟ ਲਿਸਟ ETT 2364, ਤਾਂ ਉਹਦੇ ਵਿੱਚ ਤੁਸੀਂ ਪੂਰੀ ਦੀ ਪੂਰੀ ਜਿਹੜੀ ਜਾਣਕਾਰੀ ਹੈ ਕੈਂਡੀਡੇਟ ਦੀ ਉਹ ਦੇਖ ਸਕਦੇ ਹੋ, ਜਿਹੜੀ ਟੋਟਲ ਮੈਰਿਟ ਅਤੇ ਜਿਹੜਾ ਇਹਦਾ ਸਟੇਟਸ ਹੈ ਐਲੀਜੀਬਲ ਆ ਜਾਂ ਨਹੀਂ ਐਲੀਜੀਬਲ, ਉਹ ਪੂਰੀ ਦੀ ਪੂਰੀ ਜਾਣਕਾਰੀ ਉਹਦੇ ਵਿੱਚ ਦਿੱਤੀ ਗਈ ਆ। ਐਗਜ਼ਾਮ ਮਾਰਕਸ ਕਿੰਨੇ ਦਿੱਤੇ ਗਏ ਆ ਜੀ ਇਹਦੇ ਵਿੱਚ, ਪੂਰੇ ਦਾ ਪੂਰਾ ਕੈਟੇਗਰੀ ਨੇਮ, ਅਤੇ ਜਿਵੇਂ ਜਿਵੇਂ ਅੱਗੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਸਕਰੀਨ 'ਤੇ ਪੂਰੀ ਦੀ ਪੂਰੀ ਲਿਸਟ ਡਾਊਨਲੋਡ ਕਰ ਸਕਦੇ ਹੋ। ਅਤੇ ਜਿਵੇਂ ਹੋਰ ਕੋਈ ਅਪਡੇਟ ਆਉਂਦਾ ਅਧਿਆਪਕ ਭਰਤੀ ਦੇ ਨਾਲ ਸੰਬੰਧਿਤ ਆਪਾਂ ਜਾਣਕਾਰੀ ਦਿੰਦੇ ਰਹਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ, ਮਿਲਾਂਗੇ ਜੀ ਫਿਰ ਨਵੀਂ ਅਪਡੇਟ ਦੇ ਨਾਲ। ਹੱਸਦੇ ਵੱਸਦੇ ਰਹੋ।